ਜਾਂਦੇ ਪਾਣੀ ਪੀ ਜਾਂਦੇ ਬਸ ਪਾਣੀ ਪੀਂਦੇ ਦਾਰੂ ਤਾਂ ਨਹੀਂ ਪੀਂਦੇ ਆ ਚਿਕਨ ਸੈਲਡ ਖਾਦਾ ਅੱਛਾ ਚੀਪ ਫ੍ਰਾਈਜ਼ ਤਾਂ ਮੇਰੀ ਪਲੇਟ ਵਿੱਚ ਛੱਡਿਆ ਨਹੀਂ ਕੋਈ ਸਿਫਤ ਦੀ ਕਿਉਂ ਨਹੀਂ ਛੱਡਿਆ ਮੈਂ ਇੱਕ ਦੋ ਟਰਾਈ ਕੀਤੇ ਮੈਂ ਨਹੀਂ ਖਾ ਕੇ ਰਾਜੀ ਹੈਗੀ ਮੈਂ ਹੈਲਦੀ ਫੂਡ ਖਾਂਦੀ ਮਾਮੀ ਆਪਣੇ ਆਪਣੇ ਬੰਗਲੋ ਵਾਲੇ ਬੰਗਲੋ ਬੰਗਲੋ ਰੈਂਟ ਵੀ ਕਿੱਥੇ ਭਾਈ ਸਾਰੇ ਬੰਗਲੋ ਜੀ ਗਾਇਜ਼ ਮੈਂ ਜਾ ਰਹੀ ਹਾਂ ਪਿਛੇ ਲੀਆਂ ਨਾ ਫਿਲਮ ਵੇਖਣ ਓਕੇ ਹੋਣੀ ਘਰੇ ਆਲ ਦੀ ਵੀ ਨਹੀਂ ਅਸੀਂ ਵੇਖੀ ਅਜੇ ਹਾਂ ਉਹ ਵੀ ਟੱਕਰੀ ਹਨਾ ਹਾਂ ਉਹ ਵੀ ਲੱਗ ਗਈ ਤੇ ਕੀ ਉਹ ਵੇਲਾ ਮਨਸੀਪ ਇੱਧਰ ਹੈਲੋ ਕਰ ਦੋ ਜਾਨ ਇੱਧਰ ਉਹ ਪੁੰਡੀ ਸਿਕਾਇ ਕਾਬੂ ਆ ਗਿਆ ਸੀ ਤੇ ਹੈਲੋ ਕਰੋ ਪਹਿਲਾਂ ਸਾਰਿਆਂ ਨੂੰ ਆਹ ਮੁੰਡਿਆ ਜਾਣਾ ਜਾਣਾ ਹੈਲੋ ਜੀ ਸਾਸਿਕਾ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਾਣੇ ਵਧੀਆ ਠੀਕ ਠਾਕ ਹੋਵੋਗੇ ਆ ਸਾਡਾ ਪੁੱਤ ਸੋਹਣਾ ਜਿਹਾ ਆ ਸੋਹਣਾ ਪੁੱਤ ਹੈਲੋ ਕਰ ਦੇ ਪੁੱਤ ਸਟਾਰਟਿੰਗ ਤੇਰੇ ਸਿਰ ਨਾਲ ਤੇ ਹੋਣੀ ਚਾਹੀਦੀ ਆ ਬਿਜ਼ੀ ਪਤਾ ਨਹੀਂ ਤੇ ਡਿਸ਼ੂ ਡਿਸ਼ੂ ਗੱਡੀਆਂ ਨੂੰ ਕੀ ਤੇਲ ਦੇਈ ਜਾਂਦੀ ਪੈਟਰੋਲ ਹੋਰ ਫਿਰ ਕੀ ਪਲਾਨ ਅੱਜ ਦਾ ਸਾਡਾ ਦੱਸੋ ਪਲਾਨ ਦਾ ਵੇਖ ਤਕਰੀਬਨ 2 ਵਜ ਚੁੱਕੇ ਆ ਤੇ 2 ਨਹੀਂ 1.5 ਵਜੇ ਯਾਰ ਅੱਧਾ ਘੰਟਾ ਅੱਗੇ ਦਾ ਜਾ ਰਿਹਾ ਹਾਂ ਤੇ ਵੱਜ ਹੀ ਜਾਣੇ ਤੁਰਦੇ ਤੁਰਦੇ ਨੂੰ ਆਪਾਂ ਨੂੰ ਪਰ ਵੈਦਰ ਬਹੁਤ ਸੋਹਣਾ ਸਾਡੇ ਵੈਦਰ ਬਹੁਤ ਸੋਹਣਾ ਹੈ ਮੀਂਹ ਆਉਣ ਵਾਲਾ ਹੈ ਬੀਬੀ ਨੂੰ ਪੁੱਛੋ ਕਿੱਥੇ ਜਾਣਾ ਵਾ ਉਹ ਵੈਦਰ ਚੈੱਕ ਕਰ ਰਿਹਾ ਬੰਦਾ ਦੇਖੀ ਤਾਂ ਮੂੰਹ ਦੇਖੀ ਇੱਥੇ ਕਹੋਗੇ ਲੈ ਉਹ ਗਵਾਚੇ ਕਾਂ ਵਾਂਗੂ ਕਾਂ ਗਿਣ ਰਹੇ ਆ ਕਿੰਨੇ ਆ ਮੈਂ ਆਨੰਦ ਮਾਣ ਰਿਹਾ ਵੈਦਰ ਆਨੰਦ ਮਾਣ ਰਿਹਾ ਅਨਿਲ ਸਾਨੂੰ ਲੈ ਕੇ ਜਾ ਰਿਹਾ ਪਰ ਅਨਿਲ ਬੜਾ ਗਰਕ ਨਹੀਂ ਕਰਨਾ ਨਿਊ ਇਅਰ ਵਾਂਗੂ ਤੇ ਇੱਕ ਹੋਰ ਫੇਰ ਹੀ ਕੀਤਾ ਪਰ ਇਹ ਕਹਿੰਦਾ ਨਹੀਂ ਉਹ ਬਹੁਤ 1 ਘੰਟੇ ਦੀ ਡਰਾਈਵ ਆ ਬਾਜ ਹੋ ਜਾਂਦੇ ਕੋਲ ਸਾਹਿਬ ਤੂੰ ਮੈਂ ਬੋਏ ਮੋਰੇ ਕੋਲ ਸਾਹਿਬ ਮੈਂ ਜਾਣਾ ਰਿਹਾ ਉਹ ਬੀਚ ਤੇ ਲੈ ਕੇ ਗਿਆ ਹੀ ਜਦੋਂ ਮੇਰੇ ਕਹਦੇ ਨਾਲ ਹਾਏ ਪਿਛਲੇ ਬੁੱਧਵਾਰ ਗਿਆ ਸੀ ਨਾ ਉਹ ਤੋਂ ਪਿਛਲੇ ਵੀ ਗਿਆ ਸੀ ਐਰਕੀ ਵੀ ਡੀਲ ਆ ਬੁੱਧਵਾਰ ਐਰਕੀ ਬਹੁਤ ਸਾਡੇ ਨਾਲ ਜਾ ਨਹੀਂ ਰਿਹਾ ਅੱਜ ਨਹੀਂ ਮਹਾਂ ਧੱਕੇ ਨਾਲ ਤਿਆਰ ਕੀਤਾ ਮੁੰਡਾ ਕਹਿੰਦਾ ਮੈਂ ਸਿਰਫ ਬੁੱਧਵਾਰ ਤੇ ਬੁੱਧਵਾਰ ਜਾਇਆ ਕਰਦਾ ਹੁਣ ਸਾਨੂੰ ਇਹਦਾ ਰਾਜ ਨਹੀਂ ਪਤਾ ਇਹ ਕਿਸੇ ਦੇ ਨਾਂ ਤੇ ਡਿਸਕਲੋਸ ਕਰੂਗਾ ਕਿ ਰਾਜ ਕੀ ਆ ਕੋਈ ਰਾਜ ਨਹੀਂ ਹੈਗਾ ਭਰਾਵਾ ਐਵੇਂ ਨਾ ਬਿਪਰੇ ਕੇ ਭਾਈ ਓਇਆ ਫੋਨ ਜਿਹਾ ਆਉਂਦਾ ਜੇ ਕਹੇ ਫੁੱਲ ਜਿਹਾ ਦੇਖਿਓ ਆ ਫੁੱਲ ਕਹਦੇ ਨਾਂ ਤੇ ਆ ਇਹ ਨਿਲ ਦਾ ਫੋਨ ਕਿਹਾ ਕਿ ਗੱਡੀ ਨਾਲ ਕੀ ਮੇਰਾ ਨਹੀਂ ਕੋਈ ਆ ਕੀ ਨਾਂ ਹੁੰਦਾ ਵਾ ਇਹ ਭਾਬੀ ਦਾ ਫੋਨ ਆ ਗਿਆ ਨਿਲ ਦੀ ਅੱਛਾ ਨਹੀਂ ਨਾਂ ਕੀ ਹੁੰਦਾ ਵਾ ਆ ਫੁੱਲ ਫੁੱਲ ਹੋਣ ਗਿਆ ਤੇ ਸਕਰੀਨ ਤੇ ਬਿਨਾ ਨਾਂ ਤੋਂ ਆਂਡੇ ਬੜੇ ਫੁੱਲ ਫੁੱਲ ਲਾਏ ਆ ਗੱਲਾਂ ਵੀਰ ਇਦਾਂ ਹੀ ਆ ਇਦਾਂ ਹੀ ਆ ਵੀਰ ਇਦਾਂ ਹੀ ਆ ਇਦਾਂ ਹੀ ਆ ਉਹ ਹੋਲਡ ਆ ਗਏ ਜੇ ਫੁੱਲ ਉਹਦੇ ਬਿਨੇ ਹੋਲਡ ਕਰਤਾ ਸੀ ਹੋਲਡ ਤੇ ਕਿਤੇ ਅੱਛਾ ਨਾ 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 ਦੇ ਬਿਆ ਸਪੀਕਰ ਤੇ ਨਾ ਲਾ ਕਿਤੇ ਕਹਿੰਦਾ ਜੱਟਾਂ ਨੂੰ ਵੀ ਜਾਨੂ ਜਾਨੂ ਹੋਣ ਲੱਗ ਪਈ ਹੋਣ ਲੱਗ ਪਈ ਤੇ ਵੀਰ ਗਾਣਾ ਆਉਂਦੇ ਫਿਰ ਇੱਕ ਵਾਰੀ ਆ ਗਿਆ ਹੁਣ ਨੇਲੇ ਵੀ ਤੇਰੇ ਵਾਲੀ ਕੈਟਾਗਰੀ ਦੇ ਵਿੱਚ ਆ ਗਿਆ ਕਿਹੜੇ ਵਾਲੀ ਕੈਟਾਗਰੀ ਜਦੋਂ ਤੂੰ ਮੰਗਿਆ ਗਿਆ ਫਿਰ ਐ ਹੀ ਹੋਣਾ ਵੀਰ ਇੰਗੇਜਮੈਂਟ ਕਰੀਏ ਫਿਰ ਛੇਤੀ ਛੇਤੀ ਭਰਾਵਾ ਨਾ ਕਰੋ ਨਾ ਦੀਦੀ ਨਾਲ ਭਾਜੀ ਨੂੰ ਫੋਨ ਕਰਦੇ ਆ ਕੇ ਆਹ ਹਾਂ ਪਾਪਾ ਜੀ ਇੱਥੇ ਕਰ ਲਾ ਯਾਰ ਹਾਂ ਅਹੀਂ ਵੇਖਦੇ ਆ ਇਹ ਵਿਆਹ ਪ੍ਰੋਗਰਾਮ ਹੀ ਨਹੀਂ ਵੇਖਿਆ ਕੋਈ ਦਾ ਸੀ ਤੂੰ ਵੀ ਤਰਸਣ ਦਿਆ ਸੀ ਤੂੰ ਕਹਿੰਦਾ ਜਦੋਂ ਦਾ ਮੈਂ ਆਇਆ ਮੈਨੂੰ ਫੋਨ ਅਨੀਲ ਦੀ ਇੰਗੇਜਮੈਂਟ ਦੇਖ ਰਹੀ ਸੀ ਤੂੰ ਠਾਕਾ ਅੱਜ ਮੈਂ ਪੰਜਾਬੀ ਦੀ ਜਿਹੜੀ ਠਾਕਾ ਪੰਜਾਬੀ ਕਿਤੇ ਕਹਿੰਦਾ ਸਵੇਰੇ ਕਹਿੰਦਾ ਪਾਪਾ ਸਵੇਰੇ ਆਇਆ ਬਾਰ ਪਾਪਾ ਨੀ ਲਾਈ ਉਹ ਵੀ ਕਹਿੰਦੀ ਠਾਕਾ ਰਿਮ ਜਿਮ ਪੈਂਦੀਆਂ ਕਣੀਆਂ ਸੱਜਣਾ ਜਾਣ ਤੇ ਬਣੀਆਂ ਰਿਮ ਜਿਮ ਪੈਂਦੀਆਂ ਕਣੀਆਂ ਸੱਜਣਾ ਜਾਣ ਮੇਰੀ ਤੇ ਬਣੀਆਂ ਸੱਜਣਾ ਜਾਣ ਮੇਰੀ ਤੇ ਬਣੀਆਂ ਮੁੜ ਬਦਲੀ ਗੱਜਦਾ ਆ ਜਾ ਮੇਰਾ ਦਿਲ ਨਹੀਂਓ ਲੱਗਦਾ ਸੋਹਣਿਆ ਮੇਰਾ ਦਿਲ ਨਹੀਂਓ ਲੱਗਦਾ ਹਾਣੀਆਂ ਮੇਰਾ ਦਿਲ ਨਹੀਂਓ ਲੱਗਦਾ ਵਾਹ
ਬਾਹ ਤੋਂ ਰਾਈਟ ਬਹੁਤ ਵਧੀਆ ਗਾਇਆ ਪਰ ਰਾਈਟ ਹੋਣਾ ਜੀ ਮੁੰਡੇ ਦੇ ਆਪਣੇ ਗਾਣੇ ਵੀ ਹੈਗੇ ਆ ਵੈਸੇ ਪਰ ਉਹ ਤਾਂ ਨਹੀਂ ਬੋਲਦੇ ਕਿ ਸੁਣਾਵਾਂਗੇ ਫਿਰ ਲੀਕ ਨਹੀਂ ਕਰਨਾ ਹਾਂ ਇਹ ਨਾ ਸੋਚਣਾ ਕਿ ਬਸ ਉੱਤੇ ਹੀ ਗਾ ਦਿੰਦਾ ਸਾਰਿਆਂ ਦੇ ਅਜੇ ਆਪਾਂ ਉੱਦਾਂ ਗਾਉਣੇ ਆ ਅਜੇ ਉੱਦਾਂ ਗਾਉਣੇ ਆ ਆਪਣੇ ਨਹੀਂ ਕਰਨੇ ਸਣੀ ਹੁਣਾਂ ਦਾ ਬਸ ਚੱਲੇ ਉਹ ਤਾਂ ਕਰ ਦਿੰਦੇ ਨਹੀਂ ਉਹ ਤੇ ਮੇਰੇ ਵੀਰ ਰੋਜ਼ ਹੀ ਪਾਵੇ ਕੁੜੇ ਕੋਈ ਖਾਣੇ ਕਿਥੋਂ ਗੰਦੀ ਜੀ ਆਦਤ ਪਾਪਾ ਵਾਲੀ ਪਾਈ ਆ ਪਾਪਾ ਕਿਹੜੇ ਨੋ ਖਾਂਦੇ ਆ ਪਾਪਾ ਚੂਹੇ ਖਾਂਦੇ ਵੇਖਾ ਨੀਲ ਤੂੰ ਆਪਣੀ ਆਦਤਾਂ ਦੱਸ ਦਿੰਦਿਆਂ ਦੋ ਸਾਹਮਣੀ ਉਹ ਮੇਰੇ ਤੋਂ ਵੀ ਟੱਪ ਗਈ ਹੋਣਾ ਗੁੱਸਾ ਦੇਰ ਚ ਕਿਹੜਾ ਘੱਟ ਬਹੁਤ ਗੁੱਸਾ ਬੈਲਰ ਬਣਦੀ ਪੂਰੀ ਪੂਰੀ ਗੁੱਸੇੜ ਬਹੁਤ ਸੀਗੇ ਬਹੁਤ ਡੀਸੀ ਭਾ ਸਾਡਾ ਡੀਸੀ ਭਾ ਏ ਫੇਰ ਸਵੇਰੇ ਸਣੀ ਨੂੰ ਕਹਿੰਦੀ ਹਾਏ ਫਾਏ ਕਰਦੇ ਸੀ ਆਂਡੇ ਤੋੜਦੇ ਪਏ ਆ ਕੇ ਕਹਿੰਦੀ ਪਾਪਾ ਹਾਏ ਫਾਏ ਸਣੀ ਕਰਨ ਲੱਗੇ ਨੋ ਕਹਿੰਦੀ ਵਾਸ਼ ਹੈਂਡ ਕਹਿੰਦੀ ਪਾਪਾ ਮੈਂ ਵੇਖਾਂ ਮੂੰਹ ਵੱਲ ਮੈਂ ਨਹੀਂ ਬੁੱਧ ਕਰ ਲਾ ਨੋ ਕਹਿੰਦੀ ਨੋ ਹੈਂਡ ਵਾਸ਼ ਕੀਤਾ ਸਾਫ ਕਰਕੇ ਫੇਰ ਹਾਈ ਫਾਈ ਕਰਕੇ ਗਿਆ ਬਹੁਤ ਆ ਚੜਾਈ ਆ ਪੁੱਤ ਦੀ ਇਹ ਮੇਰਾ ਬੂਬੂ ਪੋਟੀ ਟਿੱਟੂ ਜਿਹਾ ਹਾਂ ਸਿਫਤ ਕਿੱਥੇ ਆਇਆ ਮੇਰਾ ਪੁੱਤ ਗੁੱਸੇ ਪਾਪਾ ਨਾਲ ਨੀਂਦ ਆਉਂਦੀ ਵਿਚਾਰੀ ਨੂੰ ਪਾਪਾ ਨੇ ਬੁਲਾਇਆ ਨੀ ਸੀ ਅੱਜ ਤੁਹਾਨੂੰ ਗੱਡੀ ਚ ਬੁਲਾਇਆ ਸੀ ਪੁੱਤ ਤੁਸੀਂ ਸਨੀਨੀ ਕਰਨ ਦੇ ਸੀ ਚਲੋ ਮਿੱਠੀ ਗੱਲ ਪਾਪਾ ਦੇ ਫਿਰ ਨਿਓ ਨਾ ਕਾ ਸੀ ਤੂੰ ਮੈਂ ਕੌਣ ਸੀ ਤੂੰ ਕਿਉਂ ਨਾ ਕਰੇ ਤੈਨੂੰ ਤੇ ਹੁੰਦਾ ਵੀ ਸਿਫਤ ਮੈਨੂੰ ਕਰਿਆ ਕਰ ਬਸ ਆਹੋ ਸੀ ਤੂੰ ਮੈਨੂੰ ਕਰਿਆ ਕਰ ਉਹਦਾ ਜੈਲ ਸੀ ਜੀ ਸਿੱਧ ਕਹਿੰਦੀ ਨੀ ਮੰਮਾ ਕਿਸ ਕਰ ਦੇ ਮੈਨੂੰ ਰਾਤ ਨੂੰ ਕਿੰਨੀਆਂ ਕਿਸੀਆਂ ਕਰਾਉਂਦਾ ਮੈਨੂੰ ਸਾਰੇ ਇੱਥੇ ਨੋਸਤੇ ਇੱਥੇ ਸਿਫਤ ਆ ਉਂਗਲ ਕਿੰਨੇ ਬੁੱਧ ਬਾਹਰ ਕੱਢ ਮੂੰਹ ਚ ਨਾ ਪਾਇਆ ਕਰ ਬੇਬੀ ਨੂੰ ਵੀ ਕਿਸੀਆਂ ਕਰਦਾ ਸੀ ਬੱਬੋ ਸਿਫਤ ਆਦਤ ਜੀ ਪਤਾ ਨਹੀਂ ਕਿੱਥੋਂ ਸਿੱਖ ਲਈ ਨੋ ਖਾਣ ਦੀ ਫਿਰ ਇੱਥੇ ਗਈ ਆ ਮਨਦੀਪ ਮੈਂ ਤੇ ਬਹੁਤ ਸਮਝਦਾਰ ਬੱਚਾ ਹੁੰਦੀ ਵੀਰ ਕੀ ਹੋਇਆ ਬੜਾ ਉਦਾਸ ਜਿਹਾ ਵਾ ਵੀਰ ਉਦਾਸ ਖਾਦ ਲਈ ਹੋਣਾ ਦੱਸ ਹਾਂ ਕੀ ਚੱਕਰ ਆ ਵੀਰ ਮੇਰਾ ਵਧੀਆ ਮਾਹੌਲ ਆਏ ਹਾਂ ਆਪਾਂ ਹਾਂ ਪਰ ਇਹ ਨਹੀਂ ਚੇਤਾ ਆਉਂਦੇ ਮੈਂ ਕੱਪੜੇ ਕੜੇ ਪਾਏ ਸੀ ਤੁਹਾਨੂੰ ਸਿਫਤ ਹੈ ਨਹੀਂ ਬਟ ਮੈਨੂੰ ਇੰਨਾ ਪਤਾ ਹੀ ਆਏ ਹਾਂ ਆਏ ਹੈਗੇ ਇਹ ਕਿੱਧਰ ਜਾਣਾ ਵਾ ਕੈਫੇ ਕਿੱਥੇ ਆ ਪਾਪਾ ਜੀ ਲੇਟਕੋ ਟੋਪ ਥੱਲੇ ਕਰੋ ਸਿੱਧੂ ਪੁੱਤ ਦਾ ਨਿੱਕੋ ਜੀ ਢਿੱਡੀ ਦੇਖਦੀ ਰਹਿੰਦੀ ਐਵੇਂ ਮਾਸ਼ਾ ਕਦੇ ਹੈਗੀ ਖਾਂਦਾ ਪੀਂਦਾ ਹੈ ਨੀ ਕੁਛ ਫਰੂਟ ਜੂਸ ਪੀਂਦਾ ਨੀ ਗਲੋ ਰਹਿੰਦਾ ਨੀ ਤਾਂ ਹੀ ਇਹਦੀਆਂ ਗੱਲਾਂ ਤੇ ਬਾਸੀਆਂ ਮਾਰੀ ਜਾ ਬਸ ਕਿਲੋ ਕਿਲੋ ਜੇ ਸੁਸਤੀ ਦੀ ਪਾਂਡੀ
ਹੋਵੇ ਪੱਪੀ ਕੋਫੀ ਨੀ ਹੈਗੀ ਠੀਕ ਹੈ ਵੀਰ ਜਿੱਥੇ ਜਾਣਾ ਚਲੋ ਬਾਰ ਐਂਡ ਬਿਸਤਰੋ ਆਣਾ ਹਾਂ ਬਿਸਤਰਾ ਵੀ ਫਿਰ ਮੈਂ ਫਿਰ ਜੇ ਤੁਸੀਂ ਕਹਿੰਦੇ ਜੇ ਤੇ ਮੈਂ ਫਿਰ ਬੋਲਾਂ ਕੋਈ ਨਾ ਕੋਈ ਗਾਣਾ ਫਿਰ ਦੱਸੋ ਹੋ ਜੇ ਫਿਰ ਇੱਥੇ ਤਾਂ ਨਹੀਂ ਗਏ ਸਿਫਤ ਥਾਰ ਦੇਵ ਹਾਂਜੀ ਹਾਂਜੀ ਕੀ ਬਣਾ ਵੀਰ ਜੋ ਪਿਆਰ ਹੋਵੇ ਸਿਫਤ ਇੱਧਰ ਦੇਖੋ ਮੈਂ ਲਾਦਾ ਖਾੜਾ ਲਾਦਾ ਮੈਂ ਇੱਥੇ ਚਾਹੀਦਾ ਤੇ ਹੈਗਾ ਵੀਰ ਖਾੜਾ ਲਾਉਣਾ ਵੈਸੇ ਸਮਝ ਨਹੀਂ ਲੱਗਣੀ ਖਾੜਾ ਜਿਹਾ ਤੇ ਚਾਹੀਦਾ ਵੈਸੇ ਲਾਉਣਾ ਸਿਫਤ ਤੇ ਵੇਲਾ ਨਾਲ ਹੀ ਹੱਥ ਚੱਲਣ ਲੱਗ ਪਈ ਕਿ ਤੂੰ ਗੋਣਾ ਜਾਣਾ ਸਿੱਧੇ ਜਾਣਾ ਬੋਲਣਾ ਮਾਈਕ ਤੇ ਹੈਲੋ ਹੈਲੋ ਕਰਨੀ ਆ ਇਹ ਬੰਦੇ ਚਾਹ ਵਾਲੇ ਆ ਕਹਿੰਦੇ ਅਸੀਂ ਚਾਹ ਪੀਣੀ ਆ ਕਹਿੰਦਾ ਅੱਕੇ ਪਏ ਆ ਕਲੱਬਾਂ ਤੋਂ ਚਾਹ ਤੇ ਬੁਲਾਣੇ ਓਕੇ ਸਹੀ ਹੈ ਤੇ ਵੀਰ ਇੱਧਰ ਮੇਰਾ ਵੀਰ ਜਾਂ ਮੜਾ ਹੈ ਗਾਂ ਹੋ ਉਧਰ ਨਹੀਂ ਤੇ ਫਿਰ ਮੈਨੂੰ ਜਾਣਾ ਪੈਣਾ ਫਿਰ ਕੌਲ ਸਾਹਿਬ ਆਪ ਹੋਣਗੇ ਮੂਰੇ ਸਾਰਾ ਦਿਨ ਇੱਦਾਂ ਚੱਲਣਾ ਬਰੋ ਉਹਨਾਂ ਨੇ ਘੁੱਟ ਘੁੱਟ ਲਾਈ ਜਾਣੀ ਤੇ ਘੁੱਟ ਘੁੱਟ ਪਾਣੀ ਪੀਂਦੇ ਦਾਰੂ ਤੂੰ ਨਹੀਂ ਪੀਂਦੇ ਚੰਗੇ ਪੀਂਦੇ ਸਿਆਣੇ ਸਮਝਦਾਰ ਸ਼ਾਬਾਸ਼ ਲੈ ਲੋ ਮੈਡਲ ਪਾਉਂਦੇ ਤੁਹਾਨੂੰ ਘਰ ਜਾ ਕੇ ਸੱਟ ਲੱਗੀ ਉੱਤੇ ਫੱਟੜ ਪਰਸਨ ਉਹ ਸੋਰੀ ਹੱਥ ਬਣਾ ਲਾਈਏ ਫੁੱਲ ਜੇ ਹੁਣ ਆ ਵੇ ਮੇਰੀ ਜਾਨ ਵਿਚਾਰੇ ਲੈਂਦੇ ਕਿ ਨਹੀਂ ਆਪਣੇ ਯੋ ਪਿਓਤੀ ਮੈਂ ਫੋਨ ਲੈਣ ਭੇਜਿਆ ਸਨੀ ਨੂੰ ਉਹ ਮੈਡਮ ਹੌਲੀ ਜੀ ਕਿਸਕ ਕੇ ਉਹ ਵੀ ਨਾਲ ਆ ਗਈ ਜੇ ਜਾਂਦੇ ਵੇ ਦੋ ਇਹਨਾਂ ਦਾ ਟੋਪ ਦੇਖੋ ਹੈਗੀ ਕੋਈ ਵੀ ਮੰਮੀ ਨੂੰ ਮੈਂ ਦੱਸ ਕੇ ਆਉਣਾ ਉਹ ਟਿੱਡੋ ਜੀ ਤੈਨੂੰ ਕੋਈ ਪਤਾ ਨਹੀਂ ਵੀ ਮੰਮਾ ਨੂੰ ਮੈਂ ਇਨਫੋਰਮ ਕਰਕੇ ਆਉਣਾ ਮੰਮਾ ਮੈਂ ਚੱਲਿਆ ਵਾ ਮਾਸਾ ਵੀ ਮੈਂ ਮਗਰੇ ਉੱਠ ਕੇ ਆਈ ਆ ਚੱਲ ਮੰਮਾ ਦਾ ਫੋਨ ਲੈ ਆਈਏ ਆ ਜਾਓ ਮੰਮਾ ਦਾ ਫੋਨ ਰਹਿ ਗਿਆ ਗੱਡੀ ਚ ਪੀਪੀ ਚ ਮੰਮਾ ਨੂੰ ਫਿਰ ਆਪ ਨਹੀਂ ਚੇਤਾ ਹੁੰਦਾ ਫੋਨ ਰਹਿ ਗਿਆ ਵਾ
ਚੂਹਾ ਅਜਿਹਾ ਨਾ ਹੋਵੇ। ਸੱਚੀ ਬੜੀ ਪੂਛ ਆ ਸਨੀ ਤੁਹਾਡੀ, ਜਾਨ ਉਧਰ ਹਾਈ ਆ। ਆਪਾਂ ਫੋਨ ਲੈ, ਫੋਨ ਲੈ ਆਈਏ ਮੰਮਾ ਜਾ। ਪੁੱਤ ਤੂੰ ਮੇਰੀ ਬਾਹ ਤਾਂ ਖਾ ਲੈਣੀ ਇੱਥੇ। ਸੀ ਤੂੰ ਗੋਵੇ, ਕੀ ਗੋਵੇ, ਯੂ ਗੋਵੇ, ਪਾਪਾ ਹਾਂ ਕੀ ਕਹੀ ਜਾਂਦਾ ਪਾਪਾ ਪਾਪਾ। ਇਹ ਸਿਫਤ ਕਰਕੇ ਅੱਜ ਮੇਰਾ ਫੋਨ ਰਹਿ ਗਿਆ ਗੱਡੀ 'ਚ, ਇਹ ਮੈਨੂੰ ਗੱਲੀ ਲਾਰ ਛੱਡਿਆ ਉੱਥੇ। ਬਸ ਪਪੜੇ ਜੇ ਨੇ ਬਾਟ ਘੱਟ ਕਰ ਸਿਫਤ, ਮੈਨੂੰ ਦੇ ਦੀ ਦੋ ਕੁ, ਮੈਂ ਵੀ ਕਰਨੀ ਆ ਦੋ ਕੁ ਮਿੱਠੀ, ਮੇਰੇ ਕੋ ਵੀ ਆਊਗਾ। ਉਹ ਆਪਣੀ ਬੀਬੀ ਆ, ਓਕੇ ਸ਼ੀਟੂ ਜੀ ਨਹੀਂ, ਉਹ ਮੰਮਾ ਹੈ। ਇਹ ਸ਼ੀਟੂ ਜੀ ਆ, ਨੋ ਮੰਮਾ ਹੈ, ਪੈਨੋ ਜੀਟੂ ਮੰਮਾ ਚੀਟੂ ਸ਼ੀਟੂ ਡੀਸੀ ਲੱਗਾ ਸੀ ਤੂੰ ਸੀਤੂ ਦੇ ਐਸੀ ਕਿਟ ਐਸੀ ਅਲਮਨਦੀਪ ਜੀ ਜੇ ਸਣੀ ਮੇਰਾ ਫੋਨ ਗੱਡੀ 'ਚ ਵੀ ਨਾ ਹੋਵੇ ਤੇ ਫਿਰ ਤੈਨੂੰ ਪਤਾ ਹੋ ਫਿਰ ਮਿਲਣਾ ਕੋਈ ਵੀ ਨਹੀਂ ਯਾਰ ਕੀ ਅੱਗੇ ਦੋ ਤਿੰਨ ਕਾਲੇ ਨਾ ਮੈਨੂੰ ਯਾਰ ਕੀ ਕੋਈ ਵੀ ਨਹੀਂ ਮਿਲਦਾ। ਪਿੱਛੇ ਦੇਖੋ ਓਏ ਗੱਡੀ ਵੀ ਨਹੀਂ ਲੌਗ ਨਹੀਂ ਕਰਕੇ ਗਏ ਲੌਗ ਜੀ ਹਾਂ ਹਾਂ ਪਾਪਾ ਹਾਂ ਤੇ ਪਾਪਾ ਗੋਵੇ ਕੋਣ ਕਰੇ ਕੌਣ ਕਰੇ ਸਿਫਤ ਪਿੱਛੇ ਮਿੱਠੀ ਪੰਮਾ ਕਾ ਪਾਪਾ ਪਾਪਾ ਪਿੱਛੇ ਪਾਪਾ ਮਿੱਠੀ ਪਾਪਾ ਮਿੱਠੀ ਕਰੋ ਉੱਥੇ ਭਾਵੇਂ ਸਾਡੀ ਕਾਫੀ ਠੰਡੀ ਹੋ ਗਈ ਹੋਵੇ ਪੀਜ਼ਾ ਖਾਣਾ ਪੁੱਤ ਮੋਰ ਗੁਬਾਰਾ ਫਟ ਗਿਆ ਜੇ ਆ ਮੇਰੀ ਜਾਨ ਛੋਕੇ ਪੁੱਤ ਕੋਈ ਨਾ ਪਾਪਾ ਲੈ ਦੇਣੇ ਹੋਰ ਮੋਰ ਲਾ ਦਿੰਦੇ ਆ ਮੋਰ ਚਾਹੀਦਾ ਠੀਕ ਹੈ ਮਨਦੀਪ ਲੱਗਦਾ ਨੀ ਮੈਨੂੰ ਜਿਹੜੇ ਹਿਸਾਬ ਨਾਲ ਖਾ ਲਿਆ ਉਦੋਂ ਦੇ ਉਦੋਂ ਤੇ ਕਰਾਈ ਜਾਣੀ ਵੀ ਸਾਰੇ ਪਾਸੇ ਧਿਆਨ ਹੁੰਦਾ ਤੇਰਾ ਵੀ ਮੈਂ ਇਧਰੋਂ ਵੀ ਪੀਜ਼ੇ ਦਾ ਸਲਾਈਸ ਕਾਦਾ ਟੇਸਟ ਕਰਨ ਨੂੰ ਚਿਲੀ ਚਿਕਨ ਚ ਵੀ ਮੈਂ ਇੱਕ ਪੀਸ ਲਿਆ ਬਾਕੀ ਮੈਂ ਆਪਣਾ ਗਾਰਲਿਕ ਚਿਕਨ ਸੈਲਡ ਖਾਦਾ ਅੱਛਾ ਚਿਪ ਫ੍ਰਾਈਸ ਤਾਂ ਮੇਰੀ ਪਲੇਟ ਵਿੱਚ ਛੱਡਿਆ ਨਹੀਂ ਕੋਈ ਸਿਫਤ ਦੀ ਨਹੀਂ ਛੱਡਿਆ ਮੈਂ ਇੱਕ ਦੋ ਟਰਾਈ ਕੀਤੇ ਮੈਂ ਨਹੀਂ ਖਾ ਕੇ ਰਾਜੀ ਮਮੀ ਨੇ ਫੈਟ ਚੀਜ਼ ਖਾ ਕੇ ਰਾਜੀ ਹੈ ਮੈਂ ਆਪਣਾ ਹੈਲਦੀ ਕਰਾਇਆ ਬਟ ਮੈਂ ਟੇਸਟ ਲਈ ਕੀਤਾ ਲਾਈਕ ਹੁਣ ਨਵੀਂ ਜਗ੍ਹਾ ਬੰਦਾ ਆਵੇ ਟੇਸਟਲੀ ਕਹਿੰਦੇ ਹੁੰਦੇ ਨਾ ਕਰਨਾ ਚਾਹੀਦਾ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿੱਦਾਂ ਦਾ ਫੂਡ ਹੁਣ ਕੱਲ ਨੂੰ ਮੈਨੂੰ ਕੋਈ ਪੁੱਛੇ ਤੁਸੀਂ ਗਏ ਤੁਸੀਂ ਕੀ ਖਾਧਾ ਫੂਡ ਕਿੱਦਾਂ ਸੀ ਫਿਰ ਪਤਾ ਹੋਣਾ ਚਾਹੀਦਾ ਨਾ ਕਿਹੜੀ ਕਿਹੜੀ ਚੀਜ਼ ਖਾਧੀ
ਫਿਰ ਨਿਕਲੀਏ ਫਿਰ ਆਪਾਂ ਅਮੀਰ ਹੋਣੇ ਆ ਲੋਕ ਜਿੱਦਾਂ ਲਾਈਕ ਸਨੀ ਜਿੱਦਾਂ ਕਿੱਦਾਂ ਆਪਾਂ ਰਿਚ ਆਪਣੇ ਆਪਣੇ ਬੰਗਲੋ ਵਾਲੇ ਬੰਗਲੋ ਇਹ ਮੈਂ ਰੈਂਟ ਤੇ ਦਿੱਤੇ ਚੱਲ ਤੂੰ ਆ ਜਾ ਤੂੰ ਗਾਣਾ ਲੈਪੀ ਕਿਤੇ ਮੋੜਾ ਮੋੜਾ ਮੋੜਿਆ 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 ਫਿਰ ਇਸ ਕਰਕੇ ਆਪਣੇ ਆਪ ਨੂੰ ਲੱਕੀ ਸਮਝਿਆ ਕਰੋ ਮੈਂ ਤੁਹਾਡੀ ਜ਼ਿੰਦਗੀ ਚ ਇੰਨਾ ਸੋਹਣਾ ਫੁੱਲ ਆਇਆ ਕਰਮਾ ਵਾਲਾ ਇੱਕ ਹੋਰ ਆਉਣ ਵਾਲਾ ਫੁੱਲ ਵਰਗੀ ਫਿਰ ਮੈਂ ਸੋਚਿਆ ਮੈਂ ਕਿਹਾ ਮੈਂ ਵੀ ਫਿਲਮ ਵੇਖਾਂ ਮੈਂ ਵੀ ਜ਼ਿੰਦਗੀ ਜੀ ਲਾਂ ਥੋੜੇ ਟਾਈਮ ਜਿਹਾ ਹੈਗੇ 2 ਮਹੀਨੇ ਮੇਰੇ ਬਾਅਦ ਮੈਂ ਬਹੁਤ ਜ਼ਿਆਦਾ ਫਸ ਜਾਣਾ ਫਿਰ ਹਨਾ ਥੋੜਾ ਟਾਈਮ ਮੇਰੇ ਬਾਊ ਦਾ ਯਾਰ ਹਾਲ ਪੁੱਛੋ ਸਾਰੇ ਜਣੇ ਮੇਰੇ ਬਾਊ ਨੂੰ ਸੱਟ ਲੱਗ ਗਈ ਨਾ 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 ਲੱਗਦਾ ਤੈਨੂੰ ਕਿਤੇ ਮੇਰੇ ਤੋਂ ਤੇਰੇ ਤੋਂ ਇਲਾਵਾ ਕਿਤੇ ਨੀਲ ਦੱਸ ਜੇ ਪਾੜ ਗਿਆ ਨਾ ਪਗਾਨਾ ਤੇ ਸਿਫਤ ਨੇ ਸਾਰੇ ਰਾਤ ਨੂੰ ਛੱਡਣਾ ਸਿਫਤ ਆਪ ਕਰ ਦੇ ਸਾਰੀ ਮੈਨੂੰ ਲੱਗਦਾ ਮੈਂ ਟੂਥਪਿਕ ਜੇਬੀ ਚ ਪਾ ਕੇ ਲੈ ਕੇ ਜਾਣਾ ਅੱਜ ਉਹਦੇ ਬਾਅਦ ਤੰਗ ਬਹੁਤ ਹੁੰਦੀ ਹੁਣ ਮੇਰੇ ਹੁਣ ਜਿੱਦਣ ਕਹੋ ਜਿੱਦਣ ਕਹੋ ਮੈਂ ਗੱਡੀ ਚ ਰੱਖੇ ਮੈਨੂੰ ਲੱਗਦਾ ਦੇਵੀ ਭਾਣੇ ਸੁੱਟ ਤੇ ਸਫਾਈ ਕਰਦੇ
ਗੱਡੀ ਚ ਰੱਖੇ ਵੀਰ ਨੇ ਕਿਹੜਾ ਮੰਨਣਾ ਮੈਂ ਤਾਂ ਗੱਡੀ ਚ ਇੱਕ ਰੱਖਿਆ ਸੀ ਮੈਂ ਸਾਡਾ ਵਾ ਇੰਨੀ ਕਮਾਈ ਕਰ ਕਰਕੇ ਗੋਡਿਆਂ ਦੇ ਜ਼ੋਰ ਇਹ ਲੱਗੇ ਅਜੇ ਵੀ ਤੁਸੀਂ ਚਲੋ ਗਾਈਸ ਦੇਖਦੇ ਨਹੀਂ ਕਾਸ਼ ਅਸੀਂ ਕਿਤੇ ਇੰਨੇ ਜੋਗੇ ਹੋਈਏ ਕਾਸ਼ ਹੋ ਜਾਾਂਗੇ ਕਦੇ ਜੇ ਸੋਚ ਰੱਖੀਏ ਫਿਰ ਤੇ ਮਿਲ ਜਾਂਦਾ ਇਹ ਕੁਛ ਵੀ ਨਹੀਂ ਵੀਰ ਜਿਵੇਂ ਕਹਿੰਦੇ ਉਹ ਜਿੱਥੋਂ ਬਾਕੀ ਸਬਰ ਤੇ ਸਬਰ ਸਾਰੀ ਉਮਰ ਨਹੀਂ ਹੋਣਾ ਉਹ ਸਭ ਕੁਝ ਆਪਣੀ ਮਰਜ਼ੀ ਜੋ ਮਰਜ਼ੀ ਰੱਬ ਨੇ ਜਿੰਨਾ ਦਿੱਤਾ ਬਹੁਤ ਆ ਯਾਰ ਹੱਥ ਪੈਰ ਵਧੀਆ ਰਹਿਣ ਬੰਦਾ ਮਿਹਨਤ ਕਰਦਾ ਰਵੇ ਰੱਬ ਨੇ ਇੱਥੋਂ ਤੱਕ ਵੀ ਲਾਈਫ ਚ ਸਵਾਦ ਨਹੀਂ ਹੁੰਦਾ ਜਿੱਥੋਂ ਤੱਕ ਜੋ ਕੁਝ ਦੇਖਦਾ ਸਭ ਕੁਝ ਆਪਣਾ ਹੱਥ ਪੈਰ ਚੰਗੇ ਬੰਦਾ ਕੰਮ ਕਰਦਾ ਨਾਲੇ ਰੱਬ ਨੇ ਜਿੱਥੋਂ ਤੱਕ ਵੀ ਇੱਥੋਂ ਤੱਕ ਵੀ ਲਿਆਂਦਾ ਵਾ ਬਾਬੇ ਦਾ ਥੈਂਕ ਯੂ ਸ਼ੁਕਰੀਆ ਵਾਹਿਗੁਰੂ ਦਾ ਬਹੁਤ ਬਹੁਤ ਨਜ਼ਾਰੇ ਲਿਖੇ ਨਜ਼ਾਰੇ ਲਈ ਦੇ ਇਹ 2 ਮਿੰਟ ਦੀਆਂ ਫੀਲਿੰਗਾਂ ਹੀ ਆ ਬਸ ਬਾਕੀ ਹੱਸ ਖੇਡ ਕੇ ਟਾਈਮ ਕੱਢੀ ਦਾ ਨਜ਼ਾਰੇ ਲਈ ਦੇ ਬਸ ਕੀ ਮੋਲ ਉਧਰ ਵੀਰ ਹੁਣੀ ਅੱਗੇ ਲੰਘ ਗਏ ਸੁਸਤੀ ਦੇ ਮਾਰੇ ਆ ਗਏ ਹੁਣ ਉਧਰ ਵੀਰ ਹੁਣੀ ਅੱਗੇ ਲੰਘ ਗਏ ਹੋ ਮੈਨੂੰ ਰਸਤਾ ਦੱਸਾਂ ਮੈਂ ਇੱਕ ਦੇ 2 ਮਿੰਟ ਸਾਰੇ ਰਸਤੇ ਗੂਗਲ ਮੈਪ ਬਣੇ ਰਹਿੰਦੇ ਆ ਤਵੀਰ ਜੀ ਨਹੀਂ ਮੈਨੂੰ ਕਹਿੰਦਾ ਰਾਈਟ ਹੋ ਜਾ ਉੱਥੋਂ ਇੱਧਰ ਹੀ ਦੱਸਣ ਦੇ ਇੱਧਰ ਹੈ ਇੱਕ ਲੈਜੈਂਡ ਬੰਦਾ ਤੇ ਦੱਸਣ ਦਿਆ ਕੋਈ ਦਾ ਫੋਨ ਆਇਆ ਲੱਗਦਾ ਇੱਥੋਂ ਮਨਦੀਪ ਇੱਥੋਂ ਇੱਥੋਂ ਫੜਦੇ ਚੰਗਾ ਆਪਾਂ ਕੀ ਫੜਨਾ ਉਹ ਸਟਿੱਕ ਹੜਦੀ ਹੈ ਜੀ ਬੱਚਿਆਂ ਬੰਦੇ ਮੋਢਾ ਮੇਰਾ ਸੱਚੀ ਵਾਲਾ ਦੱਸੋ ਲੱਭੀ ਆਹੋ ਸੱਚ ਯਾਰ ਹਾਂ ਬਿਜ਼ਨਸ ਬਹੁਤ ਤਗੜਾ ਪੇਪਰ ਬਹੁਤ ਨਹੀਂ ਲਈਏ ਯਾਰ ਪ੍ਰਿੰਟਰ ਦੀ ਲੋੜ ਆ ਉਹ ਲੈ ਜਾਈਏ ਯਾਰ ਵਾਕਿਆ ਸਭ ਤੋਂ ਵਧੀਆ ਓਕੇ 1000 ਦਾ ਬਾਬਾ ਸਰ 200 ਰੁਪਏ ਕਲੀਅਰੈਂਸ ਤੇ ਲੱਗਾ ਸੀ ਉਹਨੇ ਕਰਤੀ ਮੈਡਮ ਨੇ ਹੁਣ ਕੀ ਬਤੂ ਦੇਖਿਆ ਹੁਣ ਕੁਝ ਫਿਰ ਆਪਾਂ ਸਰ ਚੱਲੀਏ ਫਿਰ ਵਾਓ ਓਕੇ ਕਰ ਦੋ ਚਲੀ ਫਿਰ ਭਾਬੀ ਨੇ ਵੀ ਕੋਈ ਰੈਸਟ ਕਰਾ ਦੀ ਰਾਤ ਨੂੰ ਜਾਣਾ ਆਹ ਵੀ ਮੈਂ ਫਿਲਮ ਵੇਖ ਵੀ ਜਾਣਾ ਕਰੀ ਰੈਸਟ ਕਰਦੀ ਜਾਣਾ ਹਾਂ ਚਲੋ ਚਲੋ ਓਕੇ ਚਲੋ ਚੱਲੀਏ ਫਿਰ ਲੈ ਲਓ ਲੈ ਲਓ ਜੀ ਕੀ ਲੈਣਾ ਮੇਰੇ ਪੁੱਤ ਨੇ ਹੁਣ
ਵਿਚ ਵਾਲ ਮਨਸੀਤ ਕੀ ਲੈਣਾ ਪੁੱਤ ਓ ਲੈਣਾ ਗਿਆ ਗੰਦਾ ਪੁੱਤ ਜਿੱਥੇ ਜਾਂਦਾ ਕੱਪੜੇ ਥੱਲੇ ਕਰੋ ਇਹ ਰੱਖ ਦੋ ਇੱਥੇ ਆਪਾਂ ਉਹ ਲੈ ਲੈਣੇ ਆ ਲੈਣ ਆ ਲੈਣਾ ਸੱਚੀ ਜਵਾਕ ਜਿੱਥੇ ਜਾਣੇ ਇੰਡੀਆ ਵਾਲੇ ਜਵਾਕਾਂ ਨਾਲ ਘਰ ਤੇ ਗੁਬਾਰਾ ਕਿਤੇ ਕੁਛ ਕੱਲ ਵੀ ਵੇਰ ਗਈ ਮਾਲ ਚ ਦਿਸ ਵਨ ਕੀ ਕਰਨਾ ਪੁੱਤ ਇੰਨਾ ਬਿਗ ਚਾਚੂ ਨੂੰ ਪੁੱਛ ਕਿਹੜਾ ਕਿਸ ਗੱਲ ਆਹ ਵੱਡੀ ਕਾਰ ਕਹਿੰਦੀ ਟਰੱਕ ਫੜ ਲਿਆ ਜੀ ਕੁੜੀ ਨੇ ਚੂਹੀ ਜੀ ਹੁਣ ਆ ਲੈ ਕੇ ਬਹਿ ਗਈ ਸਣੀ ਆ ਲੈ ਲੋ ਸੇਮ ਕਲਰ ਕੈਨ ਵੀ ਗ੍ਰੈਬ ਦ ਸੇਮ ਕਲਰ ਯੈਸ ਯੈਸ ਆ ਫੜਾ ਦੋ ਸਣੀ ਉਹਨੇ ਘਰ ਜਾ ਕੇ ਰੰਗ ਤੋਂ ਵੀ ਇਸ਼ੂ ਕਰ ਦੇਣਾ ਉਹ ਆਪੇ ਓਪਨ ਕਰ ਦੇਣੇ ਉਹਨਾਂ ਨੇ ਕਿਉਂ ਉਹਨੂੰ ਕਹਿ ਦਿੰਦੇ ਓਪਨ ਕਰ ਦੇ ਯਾਰ ਇਹਨੇ ਰੋਣਾ ਬਹੁਤ ਆ ਫਿਰ ਉਹਨਾਂ ਨੂੰ ਕਹਿ ਦੋ ਸਣੀ ਉਹਨਾਂ ਤੋਂ ਸੀਜ਼ਰ ਹੋਣੀ ਆ ਇਹਨੇ ਛੱਡਣਾ ਨੇ ਮਸੀਂ ਤਾਂ ਘਰ ਜਾ ਕੇ ਓਪਨ ਕਰੀਏ ਸਣੀ ਅੱਗੇ ਲੈ ਜਾਓ ਇੱਥੇ ਹੋਰ ਕਲਾਰਾ ਪੈ ਜਾਣਾ ਜੀ ਉਹੀ ਤੇ ਕਹਿੰਦਾ ਸਿੱਧਾ ਆ ਗਈ ਮਸੀਂ ਤਾਂ ਆ ਗਈ ਬੀਬੀ ਆ ਗਈ ਆ ਗਈ ਭੱਜੋ 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 ਘਰੇ ਜਾ ਕੇ ਪਾਲਾਂਗੇ ਸੈੱਲ ਸਣੀ ਸਾਡੇ ਬੰਦੇ ਵੇਲਾ ਇੱਥੇ ਹੀ ਸੈੱਲ ਪਾਉਣਗੇ ਇੱਥੇ ਮਕੈਨਿਕਾ ਕਰਨਗੇ ਸਬਰ ਨਹੀਂ ਹੈਗਾ ਉਹ ਤੇ ਨਿਆਣੀ ਆ ਤੁਸੀਂ ਦੱਸੇ ਚੱਲ ਚੱਲ ਚਲਾ ਦੋ ਮਾੜੀ ਜੀ ਯਾਰ ਉਹਨੂੰ ਉਹਨੇ ਤੁਰਨਾ ਉਹਨਾਂ ਚਿਰ ਯਾਰ ਫੇਰ ਚੱਲ ਗਏ ਯਾਰ ਬਹੁਤ ਚੀਜ਼ ਆ ਉਹਨੇ ਜਾਣਾ ਹੀ ਨਹੀਂ ਉਹਨਾਂ ਟਾਈਮ ਪੁਲਸ ਆਈ ਪੁਲਸ ਆ ਹੀ ਜਾਵੇ ਤਾਂ ਵਧੀਆ ਵਾ ਯਾਰ ਜਿੰਨਾ ਤਾਂ ਪੁਲਸ ਆਈ ਮੰਮਾ ਕੀ ਕਰੇ ਤੁਸੀਂ ਚੱਲੋ ਫਿਰ ਘਰੇ ਮੰਮਾ ਪੁਲਸ ਆਈ ਆ ਸਿੰਡ ਹੋ ਜਾ ਅਜੇ ਸੋਚੀ ਗਾਂ ਗਾਂ ਕੀ ਬਣਨਾ ਵੱਡਾ ਤੂੰ ਜਵਾ ਕੇ ਕੋ ਨੁਕਰੇ ਫੜਿਆ ਹੋਣਾ ਇੱਕ ਇੱਧਰ ਨਾ ਪਤਾ ਲੱਗਣਾ ਮੈਂ ਫੜਾ ਨਾ ਪਤਾ ਲੱਗਣਾ ਸਨੀ ਫੜੇ ਚਾਰ ਬੰਦੇ ਤਾਂ ਸਾਡਾ ਮੋਲ ਚਾਹੀਦੇ ਉਦੋਂ ਸਾਂਭਣ ਨੂੰ ਇਕੱਲੇ ਤੇ ਅਸੀਂ ਆਉਣੋ ਨਹੀਂ ਰਹੇ ਫਿਰ ਦੇ ਦੋ ਸਣੀ ਉਹਨੂੰ ਪ੍ਰਧਾਨ ਚਲੋ ਘਰੇ ਜਾ ਕੇ ਪਲੇ ਕਰਦੇ ਹਾਂ ਖੁਸ਼ ਹੋ ਨਾ ਹੈਪੀ ਥੈਂਕ ਯੂ ਕਰ ਦੋ ਪਾਪਾ ਨੂੰ ਕੋ ਥੈਂਕ ਯੂ ਪਾਪਾ ਬਾਏ ਬਾਏ ਕਹਿੰਦੀ ਸਿਰ ਤੇ ਥੈਂਕ ਯੂ ਕੋ ਪਾਪਾ ਥੈਂਕ ਯੂ ਜੂਸ ਪੀਣਾ ਦੇਵ ਤੂੰ ਪੀਣਾ ਮੈਂ ਜੂਸ ਲੈ ਕੇ ਆਈ ਮੈਂ ਸਿਰ ਤੇ ਜੂਸ ਪੀਣਾ ਪੁੱਤ ਕਹਿੰਦੀ ਨੋ ਸਿਫਤ ਸਿਫਤ ਜੂਸ ਪੀਣਾ ਜਾਵੇ ਨਹੀਂ ਸਵਾਲ ਹੀ ਲੈ 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 ਕੋਈ ਨਹੀਂ
ਸਾਡੀ ਜਾਨ ਤੇ ਲੈਂਦੀ ਆ ਨਾ, ਪਾਪ ਹੋ ਕੇ ਵੇਖ ਲੈ ਆਹ ਵੇਖ ਲੈਣਾ, ਪਰ ਸਾਡੀ ਜਾਨ ਤੇ ਲੈ ਕੇ ਹੀ ਹੁੰਦੀ ਆ ਨਾ ਜਿਹੜੀ ਚੀਜ਼ ਨਾਲ ਗਈ, ਅਸੀਂ ਕੁਛ ਲਈਏ ਨਾ ਲਈਏ ਕੋਈ ਮੈਟਰ ਨਹੀਂ ਕਰਦਾ, ਪਰ ਸਾਡੀ ਜਾਨ ਲੈ ਕੇ ਹੀ ਹੁੰਦੀ ਹਰ ਜਗ੍ਹਾ ਤੇ, ਸਹੀ ਗੱਲ ਨੂੰ ਇੱਕ ਬੰਦਾ ਰੱਖਿਆ ਹੀ ਨਾਲ, ਖਰਚਾ ਕਰਨ ਨੂੰ ਵਾਕੇ ਇੱਕ ਬੰਦਾ ਰੱਖਿਆ ਹੀ ਨਾਲ, ਅਸੀਂ ਪੁਲਿਸ ਵਾਲੀ ਕਾਰ ਬਣਾ ਲਈ ਹੁਣ ਲੈ ਲਈਏ ਇਹਨੇ, ਹੁਣ ਜਾ ਕੇ ਵੇਖੇ ਆਤਮ ਚੋਣੀ ਕਰਦੀ ਚੱਲ ਖੋਲ ਇੱਥੇ, ਅਸੀਂ ਟਾਈਮ ਹੀ ਵੇਸਟ ਕੀਤਾ ਆਣ ਕੇ, ਨਹੀਂ ਇੱਥੇ ਟਾਈਮ ਖਰਾਬ ਕੀਤਾ, ਪਰ ਨਹੀਂ ਇਹ ਸਿਫਤ ਦਾ ਤਾਂ ਨਹੀਂ ਹੋਇਆ, ਸਿਫਤ ਦਾ ਨਹੀਂ ਹੋਇਆ, ਸਿਫਤ ਨੇ ਹੁਣ ਅਸੀਂ ਥੱਕੇ ਬਣੇ, ਸਾਡੇ ਕੋਲ ਬਾਕੀ ਮਾਲ ਘੁੰਮਣ ਦੀ ਵਾਹ ਨਹੀਂ ਹੈਗੀ, ਅਸੀਂ ਜਿੰਨੀ ਕੁ ਸਾਨੂੰ ਪਤਾ ਅਸੀਂ ਜ਼ਰੂਰੀ ਕੰਮ ਲਈ ਆਉਣਾ ਸੀ, ਉਹ ਅਸੀਂ ਨਹੀਂ ਵੇਖ ਦੇਖ ਲਿਆ ਵਾ, ਬਾਕੀ ਦੇਖਦੇ ਹਾਂ ਕੀ ਲੈ ਕੇ ਜਾਂਦੇ ਹਾਂ, ਬਟ ਸਿਫਤ ਨੂੰ ਮਿਲਦੀ ਉਹਦਾ ਗਿਫਟ, ਸਿਫਤ ਨੂੰ ਤਾਂ ਹਰ ਟਾਈਮ ਤੇ ਲੈਣਾ ਸਿਫਤ ਲੈ ਲੈਂਦੀ, ਚਲੋ ਪਹੁੰਚੀ ਯਾਰ ਘਰੇ, ਮੈਂ ਫਿਰ ਜਾਣਾ ਯਾਰ ਥੱਕ ਜਾਣਾ ਹੁਣ ਤਾਂ, ਓਕ